ਸ਼੍ਰੀ ਵਾਹਿਗੁਰੂ ਸਾਹਿਬ ਜੀ, ਕੀਰਤਨ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ, ਵਾਹਿਗੁਰੂ ਗੁਰਮੰਤਰ ਹੈ ਜਪ ਹਮ ਕੋ, ਜਿਉਂ ਬੁਲਾਵੈ ਤਿਉਂ ਬੋਲੈ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ, ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਣ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਧੰਨ ਬਾਬਾ ਮਾਨ ਸਿੰਘ ਜੀ, 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 ਮਾਨ ਸਿੰਘ ਜੀ, ਧੰਨ ਬਾਬਾ ਮਾਨ ਸਿੰਘ ਜੀ, ਧੰਨ ਬਾਬਾ ਮਾਨ ਸਿੰਘ ਜੀ, ਧੰਨ ਬਾਬਾ ਮਾਨ ਸਿੰਘ ਜੀ, ਤੇਰੀ ਕਰਨੀ ਨੂੰ ਯਾਦ ਜਗ ਕਰਦਾ, ਧੰਨ ਬਾਬਾ ਮਾਨ ਸਿੰਘ ਜੀ, ਤੇਰੀ ਕਰਨੀ ਨੂੰ ਯਾਦ ਜਗ ਕਰਦਾ, ਧੰਨ ਬਾਬਾ ਮਾਨ ਸਿੰਘ ਜੀ, ਤੇਰੀ ਕਰਨੀ ਨੂੰ ਯਾਦ ਜਗ ਕਰਦਾ, ਧੰਨ ਬਾਬਾ ਮਾਨ ਸਿੰਘ ਜੀ, ਤੇਰੀ ਕਰਨੀ ਨੂੰ ਯਾਦ ਜਗ ਕਰਦਾ, ਧੰਨ ਬਾਬਾ ਮਾਨ ਸਿੰਘ ਜੀ, ਤੇਰੀ ਕਰਨੀ ਨੂੰ ਯਾਦ ਜਗ ਕਰਦਾ, ਧੰਨ ਬਾਬਾ ਮਾਨ ਸਿੰਘ ਜੀ, ਤੇਰੀ ਕਰਨੀ ਨੂੰ ਯਾਦ ਜਗ ਕਰਦਾ, ਧੰਨ ਬਾਬਾ ਮਾਨ ਸਿੰਘ ਜੀ, ਨਾਮ ਰਹੋ ਸਾਧੂ
ਗੋਬਿੰਦ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਬੈਠੀ ਗੁਰੂ ਪਿਆਰੀ ਗੁਰੂ ਸਰੂਪ ਸਾਧ ਸਿੰਘ ਜੀ, ਅੱਜ ਆਪਾਂ ਸੱਚਖੰਡ ਵਾਸੀ ਧੰਨ ਧੰਨ ਸੰਤ ਬਾਬਾ ਮਾਨ ਸਿੰਘ ਮਹਾਰਾਜ ਜੀ ਦੀ ਮਿੱਠੀ ਨਿੱਘੀ ਯਾਦ ਦੇ ਵਿੱਚ ਇਕੱਤਰ ਹੋਏ ਹਾਂ। ਕਿਹਾ ਜਾਂਦਾ ਹੈ ਕਿ ਉਹਨਾਂ ਦੀ ਬਰਸੀ ਹੈ। ਆਪਾਂ ਤਾਂ ਬਰਸੀ ਕਹਿੰਦੇ ਹਾਂ ਵੀ ਸਾਲ ਹੋ ਗਿਆ, ਬਰਸ ਹੋ ਗਿਆ। ਇਹ ਸਾਡੇ ਸੰਸਾਰੀ ਜੀਵਾਂ ਦੀ ਹੁੰਦੀ ਹੈ ਬਰਸੀ। ਰੱਬ ਦੇ ਪਿਆਰੇ ਮਹਾਂਪੁਰਖ ਬ੍ਰਹਮ ਗਿਆਨੀਆਂ ਦੀ ਬਰਸੀ ਪਤਾ ਕੀ ਹੁੰਦੀ ਹੈ? ਵਰ ਜਮਾਂ ਸੀ ਜਿਸ ਦਿਨ ਉਹਨਾਂ ਨੇ ਮੌਤ ਨੂੰ ਵਿਆਹੁਣਾ ਕੀਤਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਸੰਸਾਰ ਨੂੰ ਮੌਤ ਵਿਆਹ ਕੇ ਲੈ ਕੇ ਜਾਂਦੀ ਹੈ, ਪਰ ਰੱਬ ਦੇ ਪਿਆਰੇ ਮੌਤ ਨੂੰ ਵਿਆਹ ਕੇ ਲੈ ਕੇ ਜਾਂਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਮੁਖ ਪਿਆਰਿਓ, ਆਪ ਸਾਰੇ ਜਾਣਦੇ ਹੋ ਕਿ ਇੰਨੀ ਪਰਉਪਕਾਰ ਦੀ ਮੂਰਤ ਸਾਧੂ ਬਹੁਤ ਨੇ ਦੁਨੀਆਂ 'ਚ, ਸਾਰੇ ਚੰਗੇ ਨੇ, ਪਰ ਜਿੰਨਾ ਸਤਿਕਾਰ ਇਹ ਬਾਣੇ ਵਾਲੇ ਸਿੱਖ ਦਾ ਕਰਦੇ ਸੀ ਦੁਨੀਆਂ 'ਤੇ ਮੈਂ ਨਹੀਂ ਕੋਈ ਦੇਖਿਆ ਅੱਜ ਕੱਲ੍ਹ ਸਤਿਕਾਰ ਕਰਦਾ। ਕਹਿੰਦੇ ਹੁੰਦੇ ਸੀ, ਕਹਿੰਦੇ ਸੰਤ ਜੀ, ਕੋਈ ਬਾਣੇ ਵਾਲਾ ਦੇਖ ਲਿਓ, ਭਾਵੇਂ ਉਹ 'ਚ 100 ਔਗੁਣ ਹੋਣ, ਫਿਰ ਵੀ ਉਹਦਾ ਸਤਿਕਾਰ ਕਰਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਸ ਦਾਸ ਨੇ ਇੱਕ ਛੋਟੀ ਜਿਹੀ ਘਟਨਾ ਕਹਿ ਕੇ ਸਮਾਪਤੀ ਕਰਨੀ ਕਿ ਪਰਉਪਕਾਰ ਕਿੱਡੇ ਵੱਡੇ ਕਰ, ਤੁਹਾਨੂੰ ਸਾਰਿਆਂ ਨੂੰ ਪਤਾ ਕਿੱਥੇ ਕਿੱਥੇ ਲੰਗਰ, ਜਿੱਥੇ ਸਰਕਾਰਾਂ ਦੇ ਹੱਥ ਖੜ੍ਹੇ ਹੋ ਜਾਂਦੇ ਸੀ ਉੱਥੇ ਲੰਗਰ ਲਾ ਦਿੰਦੇ ਸੀ। ਸੰਨ 1998 ਦੀ ਗੱਲ ਹੈ, ਦਾਸ ਨੂੰ ਬੁਲਾਇਆ ਸੀ ਇੱਥੇ, ਕਹਿੰਦੇ ਦਸਵੀਂ ਦੇ ਸਮਾਗਮ 'ਤੇ ਆ ਕੇ ਜਾਇਓ। ਅਸੀਂ ਇੱਥੇ ਆਏ, ਕੀਰਤਨ ਕਰਕੇ ਗਏ ਅਤੇ ਸਰਹੰਦ ਤੋਂ 8-10 ਕਿਲੋਮੀਟਰ ਉਰਲੇ ਪਾਸੇ ਰੁੜਕੀ ਕੋਲ ਸਾਡਾ ਐਕਸੀਡੈਂਟ ਹੋ ਗਿਆ। ਲੋਹੇ ਦਾ ਭਰਿਆ ਹੋਇਆ ਟਰੱਕ ਸਾਹਮਣੇ ਸਾਡੀ ਗੱਡੀ ਦੇ ਉੱਪਰ ਚੜ੍ਹ ਗਿਆ, ਗੱਡੀ ਨੂੰ ਇੱਕ ਪਾਸੋਂ ਵੱਢ ਕੇ ਲੈ ਗਿਆ। ਸੱਟਾਂ ਲੱਗੀਆਂ ਸਾਡੇ ਬਹੁਤ। ਇੱਕ ਸਿੰਘ ਥੋੜ੍ਹਾ ਜਿਹਾ ਠੀਕ ਸੀ, ਉਹਨੂੰ ਆਖਿਆ ਵੀ ਮਹਾਂਪੁਰਖਾਂ ਨੂੰ ਹੁਣ ਅਰਦਾਸ ਬੇਨਤੀ ਕਰ, ਫੋਨ ਕਰ, ਹੋਰ ਆਪਣਾ ਇੱਥੇ ਕੋਈ ਚਾਰਾ ਨਹੀਂ, ਜੋ ਇਸ ਇਲਾਕੇ 'ਚ ਜਾਣ ਦਾ ਵੀ ਕੋਈ ਨਹੀਂ ਸੀ। ਉਹਨੇ ਬਾਬਾ ਜੀ ਨੂੰ ਫੋਨ ਕੀਤਾ, ਮਹਾਂਪੁਰਖਾਂ ਨੇ ਉਸੇ ਵੇਲੇ ਸਤਿਕਾਰਯੋਗ ਸੰਤ ਬਾਬਾ ਮੋਹਨ ਸਿੰਘ ਜੀ ਲੰਗਰਾਂ ਵਾਲਿਆਂ ਦੀ ਡਿਊਟੀ ਲਾਤੀ, ਕਹਿੰਦੇ ਹੁਣੇ ਪਹੁੰਚੋ। ਇਹ ਨਾਲ ਸਿੰਘਾਂ ਨੂੰ ਲੈ ਕੇ ਉੱਥੇ ਪਟਿਆਲੇ ਰਜਿੰਦਰਾ ਹੋਸਪਿਟਲ 'ਚ ਪਹੁੰਚੇ। ਸਿੰਘਾਂ ਦੀਆਂ ਚੂਲੇ ਵੀ ਟੁੱਟ ਗਏ ਸੀ, ਪੱਟ ਵੀ ਟੁੱਟ ਗਏ ਸੀ, ਇੱਕ ਸਿੰਘ ਦੀ ਇੱਥੋਂ ਅੱਖ ਸ਼ੀਸ਼ੇ ਨਾਲ ਵੱਢੀ ਗਈ। ਸਤਿਕਾਰਯੋਗ ਬਾਬਾ ਮੋਹਨ ਸਿੰਘ ਜੀ ਉੱਥੇ ਪਹੁੰਚੇ, ਡਾਕਟਰ ਨੂੰ ਆਖਣ ਲੱਗੇ ਵੀ ਕਿਸੇ ਵੀ ਕੀਮਤ 'ਤੇ ਅੱਖ ਬਚਣੀ ਚਾਹੀਦੀ ਆ, ਨਹੀਂ ਅੱਜ ਕੱਲ੍ਹ ਕੋਈ ਬਾਬਾ ਇੱਦਾਂ ਨਹੀਂ ਕਰਦਾ। ਕਹਿੰਦੇ ਸਾਡੇ ਕੋਲੋਂ ਦੀਵਾਨ ਲੈ ਕੇ ਚਲੇ ਗਿਆ, ਪੈਸੇ ਲੈ ਗਏ, ਹੁਣ ਅਸੀਂ ਕੀ ਕਰੀਏ? ਕਹਿੰਦੇ ਅੱਖ ਬਚਣੀ ਚਾਹੀਦੀ ਆ। ਰਜਿੰਦਰਾ ਹੋਸਪਿਟਲ ਦਾ ਡਾਕਟਰ ਕਹਿੰਦਾ ਅੱਖ ਕਿਸੇ ਕੀਮਤ 'ਤੇ ਨਹੀਂ ਬਚ ਸਕਦੀ। ਇਹ ਕਹਿੰਦੇ ਜੋ ਮਰਜ਼ੀ ਕਰੋ, ਭਾਵੇਂ ਅਮੈਰੀਕਾ ਤੋਂ ਡਾਕਟਰ ਮੰਗਾ ਲਓ, ਪਰ ਅੱਖ ਬਚਣੀ ਚਾਹੀਦੀ ਆ ਸਿੰਘ ਦੀ। ਉਹ ਕਹਿੰਦੇ ਕਿਸੇ ਕੀਮਤ 'ਤੇ ਵੀ ਨਹੀਂ ਬਚ ਸਕਦੀ। ਇਹ ਗੁੱਸੇ ਹੋਏ ਉਹਨੂੰ, ਫਿਰ ਇਹ ਗੱਡੀ ਲੈ ਕੇ ਕਿਸੇ ਆਪਣੇ ਪਿਆਰ ਵਾਲੇ ਡਾਕਟਰ ਦੇ ਘਰ ਗਏ, ਉਹਨੂੰ ਲੈ ਕੇ ਆਏ। ਕਹਿੰਦੇ ਤੈਨੂੰ ਸੋਨੇ ਦੇ ਬਰਾਬਰ ਤੋਲ ਦਾਂਗੇ, ਪਰ ਸਿੰਘ ਦੀ ਅੱਖ ਬਚਣੀ ਚਾਹੀਦੀ ਆ।
ਤੇ ਇਹਨਾਂ ਦੀ ਕਿਰਪਾ ਨਾਲ ਉਹ ਸਿੰਘ ਦੀ ਅੱਖ ਬਿਲਕੁਲ ਠੀਕ ਹੋ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ। ਤਕਰੀਬਨ ਇੱਕ ਮਹੀਨਾ ਅਸੀਂ ਪਟਿਆਲਾ ਰਜਿੰਦਰਾ ਹੋਸਪਿਟਲ 'ਚ ਰਹੇ। ਚਾਰ ਸਿੰਘ ਸੀ, ਪੰਜਵਾਂ ਦਸ। ਉੱਥੇ ਸਾਰੇ ਸਿੰਘਾਂ ਦੀਆਂ ਡਿਊਟੀਆਂ ਲਾਤੀਆਂ। ਇੱਕ ਸਿੰਘ ਦੀ ਡਿਊਟੀ ਲਾਈ, ਕਹਿੰਦੇ ਤਾਂ ਸ਼ਾਮ ਨੂੰ ਮਹਾਂਪੁਰਖਾਂ ਨੂੰ ਘਰ ਲੈ ਕੇ ਜਾਇਆ ਕਰਨਾ, ਸਵੇਰ ਨੂੰ ਹਸਪਤਾਲ ਲੈ ਕੇ ਆਇਆ ਕਰਨਾ। ਅਤੇ ਉਹਨਾਂ ਨੂੰ ਕਹਿ ਦਿੱਤਾ, ਕਹਿੰਦੇ ਇਹ ਨਾ ਸੋਚਿਓ ਵੀ ਪੰਜਾਬ 'ਚੋਂ ਆਏ, ਸੋਚਿਓ ਵੀ ਤੁਹਾਡੇ ਘਰ ਮਾਨ ਸਿੰਘ ਆਇਆ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਮਹੀਨਾ ਸਾਰੇ ਸਿੰਘਾਂ ਨੂੰ ਭੇਜਿਆ ਵੀ ਲੰਗਰ ਲਿਆ, ਉੱਥੇ ਲੰਗਰ ਲਾ ਦਿਉ। ਹਸਪਤਾਲ ਦੇ ਵਿੱਚ ਲੰਗਰ ਲਾ ਤੇ ਜਿਹੜੀਆਂ ਸੰਗਤਾਂ ਨੇ ਆਉਣਾ ਤੇ ਲੰਗਰ ਵੀ ਛਕਣਾ। ਅਤੇ ਸਮਾਂ ਲੰਘਦਾ ਗਿਆ। ਇੱਕੋ ਹੀ ਗੱਡੀ ਸੀ, ਉਹ ਵੀ ਟੁੱਟ ਗਈ। ਅਤੇ ਗੁਰਮੁਖ ਪਿਆਰਿਓ, ਫਿਰ ਇੱਕ ਦਿਨ ਸੰਤ ਬਾਬਾ ਮਾਨ ਸਿੰਘ ਜੀ ਨੇ ਸੁਨੇਹਾ ਭੇਜਿਆ। ਕਹਿੰਦੇ ਸੰਤ ਜੀ, ਰੋਪੜ ਫੂਲ ਆਇਓ। ਕਿਹੜਾ ਗੱਡੀ ਹੈ ਨਹੀਂ ਸੀ, ਅਸੀਂ ਗੱਡੀ ਕਿਰਾਏ 'ਤੇ ਕਰਕੇ ਉੱਥੇ ਗਏ। ਅਤੇ ਉੱਥੇ ਜਾਂਦੀ ਸਾਰ ਸਾਨੂੰ ਨਵੀਂ ਗੱਡੀ ਦੇ ਦਿੱਤੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਡਟ ਕੇ ਪ੍ਰਚਾਰ ਕਰੋ। ਦੋਨਾਂ ਮਹਾਂਪੁਰਖਾਂ ਦੇ ਵਿੱਚ ਇੰਨਾ ਪਿਆਰ, ਅਤੇ ਸਿੰਘਾਂ ਨੂੰ ਮਹਾਂਪੁਰਖਾਂ ਨੂੰ ਵੀ ਇੰਨਾ ਪਿਆਰ ਦਿੰਦੇ ਸੀ ਕਿ ਸਾਡਾ ਜੀਵਨ ਭਾਵੇਂ ਲੱਗ ਜਾਵੇ ਪਰ ਮਹਾਂਪੁਰਖਾਂ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਆ। ਉਹ ਆਖਰੀ ਧਾਰਨਾ ਪੜ੍ਹਾਂਗੇ। ਓਏ ਪਰ ਉਪਕਾਰੀ ਆਏ ਤੇਰੇ ਜਨ, ਪਰ ਉਪਕਾਰੀ ਆਏ, 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 ਪਰ ਉਪਕਾਰੀ ਆਏ ਤੇਰੇ ਜਨ, ਪਰ ਉਪਕਾਰੀ ਆਏ, ਪਰ ਉਪਕਾਰੀ ਆਏ, ਪਰ ਉਪਕਾਰੀ ਆਏ, ਪਰ ਉਪਕਾਰੀ ਆਏ ਤੇਰੇ ਜਨ, ਪਰ ਉਪਕਾਰੀ ਆਏ, ਪਰ ਉਪਕਾਰੀ ਆਏ ਤੇਰੇ ਜਨ, ਪਰ ਉਪਕਾਰੀ ਆਏ, ਪਰ ਉਪਕਾਰੀ ਆਏ ਤੇਰੇ ਜਨ, ਪਰ ਉਪਕਾਰੀ ਆਏ, ਜਨਮ ਮਰਨ ਦੋਹੋਂ ਮੈਂ ਨਹੀਂ ਜਨ, ਪਰ ਉਪਕਾਰੀ ਆਏ, ਜੀ
ਭਗਤੀ ਗਾਇਣ ਹਰ ਸੋ ਲੈਣ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।